प्यारे विद्यार्थियों, सत श्री अकाल। स्वागत है तुहाडा मेरे यूट्यूब चैनल शिवराज ढिल्लों दे विच। चैनल नूं सबसक्राइब करो अते नाल ही वीडियो नूं लाइक अते शेयर जरूर करना है। अज असीं पढ़ांगे नौकरशाही जां असैनिक सेवावां। इस पाठ नूं मैं दो भागां दे विच वंड के पढ़ा रहा हाँ ते अज असीं इसदा पहला भाग पढ़ांगे। नौकरशाही, अंग्रेजी दे विच इस नूं ब्यूरोक्रेसी किया जाता है, और नौकरशाही तो इलावा इन्हां सेवावां नूं असैनिक सेवावां भी कहा जाता है। शासन प्रणाली किसी भी प्रकार की होवे उस विच नौकरशाही की महत्वपूर्ण भूमिका हुंदी है। नीतियां का निर्माण राजनीतिक कार्यपालिका द्वारा किया जाता है, उन्हां नूं कानूनी रूप विधानपालिका द्वारा दिता जाता है, पर कानून नूं अमली रूप च लागू करन दा काम नौकरशाही ही करदी है। तुसीं सरकार दे वख-वख अंगां दे काम पढ़े होणगे तां नीतियां दा निर्माण अर्थात कानून नूं जिहड़ा बनाउण दा काम है उह विधानपालिका करदी है ते उहनां नूं लागू करदी है कार्यपालिका, पर असल दे विच अमली रूप दे विच लागू कौन करदा है? उह नौकरशाही करदी है। नौकरशाही नूं असैनिक सेवावां जां लोक सेवावां भी कहा जाता है। एक जां दो नंबर दा वैरी वैरी इंपोर्टेंट क्वेश्चन है, नौकरशाही नूं होर किस नाम नाल जाणिया जांदा है? असैनिक सेवावां जां लोक सेवावां। नौकरशाही हरेक प्रकार दे शासन दा मुढला आधार हुंदी है। नौकरशाही तो बिना किसी भी सरकार दा संचालन करना संभव नहीं है। इसे कारण नौकरशाही नूं प्रशासन दी रीढ़ दी हड्डी किया जांदा है। वैरी वैरी इंपोर्टेंट लास्ट वाली लाइन बहुत वारी आ जांदा है कि नौकरशाही नूं प्रशासन दी डैश किया जांदा है, रीढ़ दी हड्डी। ਤਾਂ ਅਸੀਂ ਕੀ ਪੜ੍ਹਿਆ ਇਹਦੇ ਬਾਰੇ ਕਿ ਨੌਕਰਸ਼ਾਹੀ ਹੈ ਜਿਹੜੀ ਅਸਲ ਦੇ ਵਿੱਚ ਸਰਕਾਰ ਜਿਹੜੇ ਕੰਮ ਕਾਰਜਪਾਲਕਾਂ ਨੇ ਜਿਹੜੇ ਨੀਤੀਆਂ ਨੂੰ ਲਾਗੂ ਕਰਨਾ ਹੁੰਦਾ ਉਹਨਾਂ ਨੂੰ ਅਮਲੀ ਰੂਪ ਦਿੰਦੀ ਹੈ ਨੌਕਰਸ਼ਾਹੀ। ਨੌਕਰਸ਼ਾਹੀ ਨੂੰ ਅਸਾਨਕ ਸੇਵਾਵਾਂ ਜਾਂ ਲੋਕ ਸੇਵਾਵਾਂ ਵੀ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਪ੍ਰਸ਼ਾਸਨ ਨਹੀਂ ਚਲਾਇਆ ਜਾ ਸਕਦਾ, ਅਰਥਾਤ ਇਹ ਪ੍ਰਸ਼ਾਸਨ ਦਾ ਮੂਲ ਆਧਾਰ ਹੈ, ਮੁੱਢਲਾ ਆਧਾਰ ਹੈ। ਹਾਂਜੀ, ਇਸ ਤੋਂ ਬਾਅਦ ਨੌਕਰਸ਼ਾਹੀ ਦਾ ਸ਼ਾਬਦਿਕ ਅਰਥ। ਨੌਕਰਸ਼ਾਹੀ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਬਿਊਰੋਕਰੇਸੀ ਦਾ ਪੰਜਾਬੀ ਅਨੁਵਾਦ ਹੈ। ਅੰਗਰੇਜ਼ੀ ਦੇ ਬਿਊਰੋਕਰੇਸੀ ਦਾ ਕੀ ਹੈ? ਪੰਜਾਬੀ ਅਨੁਵਾਦ ਨੌਕਰਸ਼ਾਹੀ। ਤਾਂ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਬਿਊਰੋਕਰੇਸੀ, ਇਹ ਕਿੱਥੋਂ ਆਇਆ? ਇਹ ਦੋ ਸ਼ਬਦਾਂ ਦੇ ਮੇਲ ਤੋਂ ਆਇਆ। ਫਰਾਂਸੀਸੀ ਸ਼ਬਦ ਹੈ ਬਿਊਰੋ, ਔਰ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਕ੍ਰੇਸੀ। ਇਹ ਦੋਨਾਂ ਸ਼ਬਦਾਂ ਨੂੰ ਬਿਊਰੋ ਅਤੇ ਕ੍ਰੇਸੀ ਨੂੰ ਮਿਲਾ ਕੇ ਬਣਿਆ ਹੈ। ਅਤੇ ਦੋਨੇ ਜਿਹੜੇ ਸ਼ਬਦ ਹੈ ਇਹ ਅਲੱਗ ਅਲੱਗ ਭਾਸ਼ਾ ਦੇ ਹੈ। ਬਿਊਰੋ ਫਰਾਂਸੀਸੀ ਭਾਸ਼ਾ ਦਾ ਅਤੇ ਕ੍ਰੇਸੀ ਯੂਨਾਨੀ ਭਾਸ਼ਾ ਦਾ। ਔਰ ਫਰਾਂਸੀਸੀ ਭਾਸ਼ਾ ਦੇ ਬਿਊਰੋ ਦਾ ਅਰਥ ਹੈ ਲਿਖਣ ਵਾਲਾ, ਡੈਸਕ। ਅਤੇ ਜਿਹੜਾ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਕ੍ਰੇਸੀ, ਇਹਦਾ ਅਰਥ ਹੈ ਸ਼ਾਸਨ। ਇਸ ਤਰ੍ਹਾਂ ਜਿਹੜੀ ਨੌਕਰਸ਼ਾਹੀ ਹੈ ਇਹਦਾ ਸਧਾਰਨ ਅਰਥ ਹੈ ਡੈਸਕ 'ਤੇ ਬੈਠ ਕੇ ਕੰਮ ਕਰਨ ਵਾਲਿਆਂ ਦਾ ਸ਼ਾਸਨ। ਦੂਜੇ ਸ਼ਬਦਾਂ ਵਿੱਚ ਨੌਕਰਸ਼ਾਹੀ ਦਾ ਅਰਥ ਸੈਨਿਕ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ਾਸਨ ਹੈ। ਇਸ ਤੋਂ ਬਾਅਦ ਨੌਕਰਸ਼ਾਹੀ ਦੀ ਪਰਿਭਾਸ਼ਾ। ਐਪਲ ਬਾਏ ਨੇ ਇਹਦੇ ਬਾਰੇ ਕਿਹਾ ਕਿ ਇਹ ਤਕਨੀਕੀ ਪੱਖ ਤੋਂ ਸਿੱਖਿਅਤ ਉਹਨਾਂ ਵਿਅਕਤੀਆਂ ਦੀ ਇੱਕ ਪੇਸ਼ਾਵਰ ਸ਼੍ਰੇਣੀ ਹੈ ਜਿਹੜੇ ਵਿਅਕਤੀ ਲੜੀਵਾਰ ਰੂਪ ਵਿੱਚ ਸੰਗਠਿਤ ਹਨ ਅਤੇ ਨਿਰਪੱਖ ਰੂਪ ਵਿੱਚ ਰਾਜ ਦੀ ਸੇਵਾ ਕਰਦੇ ਹਨ। ਐਪਲ ਬਾਈ ਕੀ ਕਹਿੰਦਾ ਹੈ ਕਿ ਤਕਨੀਕੀ ਪੱਖ ਤੋਂ ਸਿੱਖਿਅਤ, ਮਤਲਬ ਉਹਨਾਂ ਨੂੰ ਟੈਕਨੀਕਲ ਨੌਲੇਜ ਹੈ ਹਾਊ ਟੂ ਇੰਪਲੀਮੈਂਟ ਜਿਹੜੀਆਂ ਪੋਲਸੀਜ਼, ਉਹਨਾਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਿਵੇਂ ਕਰਨਾ, ਗਰਾਊਂਡ ਦੇ ਉੱਤੇ ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਚਲਾਉਣਾ ਹੈਗਾ, ਉਹਨਾਂ ਬਾਰੇ ਉਹਨਾਂ ਨੂੰ ਤਕਨੀਕੀ ਗਿਆਨ ਹੁੰਦਾ, ਉਹਨਾਂ ਨੇ ਉਹਦੀ ਟ੍ਰੇਨਿੰਗ ਲਈ ਹੁੰਦੀ ਹੈ। ਔਰ ਇਸ ਤੋਂ ਇਲਾਵਾ ਉਹ ਪੇਸ਼ੇਵਰ ਸ਼੍ਰੇਣੀ, ਅਰਥਾਤ ਉਹਨਾਂ ਦਾ ਪੇਸ਼ਾ ਹੈ, ਕੰਮ ਹੈ, ਜਿਵੇਂ ਸਾਨੂੰ ਕੋਈ ਨਾ ਕੋਈ ਰੁਜ਼ਗਾਰ ਕਰਨਾ ਪੈਂਦਾ ਹੈ ਆਪਣੀ ਜੀਵਿਕਾ ਚਲਾਉਣ ਦੇ ਲਈ, ਉਹਨਾਂ ਨੇ ਪੇਸ਼ੇ ਨੂੰ ਅਪਣਾਇਆ ਹੋਇਆ, ਉਹ ਪੇਸ਼ੇਵਰ ਹੈ ਔਰ ਲੜੀ ਰੂਪ ਦੇ ਵਿੱਚ ਸੰਗਠਿਤ ਹੈ ਉੱਪਰ ਤੋਂ ਥੱਲੇ ਨੂੰ, ਔਰ ਨਿਰਪੱਖ ਰੂਪ ਵਿੱਚ ਰਾਜ ਦੀ ਸੇਵਾ ਕਰਦੇ ਹਨ। ਇਸ ਤੋਂ ਬਾਅਦ ਨੌਕਰਸ਼ਾਹੀ ਦਾ ਅਰਥ, ਜਿਹੜਾ ਪਹਿਲਾਂ ਅਰਥ ਪੜ੍ਹਿਆ ਉਹ ਸ਼ਾਬਦਿਕ ਅਰਥ ਪੜ੍ਹਿਆ ਕਿ ਜਿਹੜਾ ਬਿਊਰੋਕਰੇਸੀ ਵਰਡ ਸੀ ਉਹ ਕਿਵੇਂ ਕਿਵੇਂ ਜਿਹੜਾ ਭਾਸ਼ਾ ਤੋਂ ਆਇਆ ਅਤੇ ਉਹਨਾਂ ਦਾ ਕੀ ਅਰਥ ਹੈ। ਤਾਂ ਹੁਣ ਅਸੀਂ ਪੜ੍ਹਾਂਗੇ ਨੌਕਰਸ਼ਾਹੀ ਦਾ ਸਧਾਰਨ ਅਰਥ, ਅਰਥਾਤ ਜੇਕਰ ਤੁਹਾਨੂੰ ਨੌਕਰਸ਼ਾਹੀ ਦਾ ਸ਼ਾਬਦਿਕ ਅਰਥ ਆਉਂਦਾ ਤਾਂ ਉਹ ਲਿਖਣਾ ਹੈ ਬਿਊਰੋਕਰੇਸੀ ਵਾਲਾ, ਔਰ ਜੇਕਰ ਤੁਹਾਨੂੰ ਅਰਥ ਆਉਂਦਾ ਤਾਂ ਜਿਹੜਾ ਮੈਂ ਹੁਣ ਕਰਵਾ ਰਿਹਾ ਕਿ ਨੌਕਰਸ਼ਾਹੀ ਕਹਿੰਦੇ ਕਿਹਨੂੰ ਹੈ। ਨੌਕਰਸ਼ਾਹੀ ਜਾਂ ਅਸੈਨਿਕ ਸੇਵਾਵਾਂ ਤੋਂ ਭਾਵ ਸਰਕਾਰੀ ਅਧਿਕਾਰੀਆਂ ਦੇ ਅਜਿਹੇ ਵਰਗ ਤੋਂ ਹੈ ਜੋ ਤਕਨੀਕੀ ਪੱਖ ਤੋਂ ਸਿੱਖਿਅਤ ਹੁੰਦੇ ਹਨ, ਜੋ ਆਪਣੇ ਕੰਮ ਵਿੱਚ ਮਾਹਿਰ ਅਤੇ ਨਿਪੁੰਨ ਹੁੰਦੇ ਹਨ, ਜਿਨ੍ਹਾਂ ਦਾ ਕਾਰਜਕਾਲ ਸਥਾਈ ਅਤੇ ਰਾਜਨੀਤੀ ਤੋਂ ਮੁਕਤ ਹੁੰਦਾ ਹੈ,
जिन्हां दा तरतीब वार जां लड़ीवार संगठन किया जाता है, जिन्हां नूं कम बदले निश्चित तनखाह ते भत्ते मिलते हैं, जो निरपक्ष रूप विच राज ते राज दे लोकां दी सेवा करन दा काम निभाउंदे हन। इत्थे इह वर्णन योग है कि जजां सैनिकां ते मंत्रियां नूं नौकरशाही विच शामिल नहीं किया जाता। वैरी वैरी इंपोर्टेंट गल नोट कर लो, बहुत बारे क्वेश्चन पूछ लेंदे आ कि जजां नूं नौकरशाही दे विच शामिल किया जाता है जां सैनिकां नूं जां मंत्रियां नूं, तां इन्हां नूं जिहड़ी नौकरशाही दे विच शामिल नहीं किया जाता। इस तों अलावा असीं की पढ़िया, तकनीकी पक्ष तों सिखित अधिकारी अपने काम दे विच माहर हुंदे आ, उन्हां दा कार्यकाल स्थाई हुंदा अर्थात निश्चित कार्यकाल पूरा करन ते ही उह रिटायर हुंदे आ, राजनीति तों मुक्त हुंदे आ, उन्हां दा चोणां नाल कोई संबंध नहीं हुंदा गा, जां जित्तण जां हार नाल कोई मसला नहीं, उह लगातार अपना काम करदे आ और उन्हां नूं काम दे बदले की हुंदा निश्चित तनखाह ते भत्ते दित्ते जांदे आ। इह सी नौकरशाही दा अर्थ। तां नौकरशाही दीआं मुख विशेषतावां, नौकरशाही की है? नंबर एक, पेशावर अधिकारियों का समूह। सैनिक सेवा की सब तो वड्डी विशेषता यह है कि पेशावर अधिकारियों का समूह है, अर्थात उन्होंने इस धंधे नूं पेशे नूं अपनाया होया अपनी जीविका कमाउण दे लई। जिस तरह दूसरे लोग रोजी कमाउण लई वख-वख प्रकार के कारोबार करते हैं, इसे तरह प्रशासन का संचालन करना असैनिक अधिकारियों का पेशा है। इस मंतव लई असैनिक अधिकारियों नूं लोड़ींदी सिखलाई दित्ती जांदी है, वो ट्रेन होंदे उस काम चों ट्रेनिंग लैके आउंदे ने। अगला पॉइंट हैगा जी, काम की तर्कपूर्ण वंड। समुचे प्रशासन नूं सफलतापूर्वक चलाउण लई वख-वख कम्मां दी तर्कपूर्ण तरीके नाल वंड कीती जांदी है। काम की वंड वख-वख अधिकारियों विच इस तरीके नाल कीती जांदी है कि शक्तियों का केंद्रीकरण ना होवे। शक्तियों का केंद्रीकरण हुंदा शक्तियों का थोड़े हत्थां विच केंद्रित हो जाना, तो जेकर शक्तियां थोड़े व्यक्तियों कोल ज़्यादा शक्तियां होणगियां तां उहनां उह इहदा मिसयूज़ कर सकदे, दुरउपयोग कर सकदे। इसलिए जिहड़ा नौकरशाही है उहदे विच तर्कपूर्ण तरीके नाल वंड कीती जांदी, सारयां नूं जिम्मेवारियां अतें पावरां बराबर दित्तियां हुंदियां तां कि कोई भी जिहड़े किसे कोल भी जिहड़ी शक्तियां उह इकट्ठियां ना हो सकन। अगला पॉइंट हैगा जी, तकनीकी विशेषतावां। नौकरशाही का जन्म ही तकनीकी विशेषतावां दे कारण होया है। कर्मचारी एक विशेष कला विच सिखित हुंदा है, एक काम नूं वार वार करन नाल उह निपुणता हासिल कर लैंदा है, वह अपने खेतर विच माहर हो जाता है। मतलब तकनीकी महारत दे आधार दे उत्ते जिहड़ी इहदा जन्म होया, क्योंकि नौकरशाही ने मंत्रियों दे थले काम करना हुंदा है, जां जिहड़े मंत्री नीतियां बणाउंदे उहनां नूं असली रूप दे विच लागू करना हुंदा है। इसलिए मंत्री कई वारी घट पढ़े लिखे भी हो सकदे आ, जां उहनां नूं तकनीकी ज्ञान नहीं हो सकदा गा, तां जिहड़े नौकरशाह ने उह तकनीकी रूप दे विच सिखित हुंदे आ, उहनां कोल विशेष कला हुंदी आ, उह योग्यता पूरी करन तों बाद ट्रेनिंग लैन तों बाद ही सर्विस दे विच आउंदे आ और लगातार काम करदे आ, जिहनां नूं महारत हो जांदी आ, उहनां नूं निपुणता हासिल कर लैंदे आ। इस तों बाद आ गया जी, तरतीबवार संगठन। तरतीबवार संगठन विच हरेक अधिकारी नूं एक निश्चित स्थान प्राप्त हुंदा है अते उस स्थान नाल संबंधित उह सारे कर्तव्यां नूं पूरा करदा है। अजिहा करना उसदा कानूनी कर्तव्य हुंदा है। अजिहे तरतीबवार संगठन विच हेठले पद्धर दा अधिकारी अपने कार्यां संबंधी उपरले पद्धर दे अधिकारी नूं उतरदा हुंदा है अते हरेक अधिकारी अपने तों वड्डे अधिकारी दे आदेशां दी पालना करदा है। तरतीबवार जिहड़ा संगठन, इहदी जे प्रॉपर जिहड़ा तरतीब हुंदी है, वड्डा सब तों उपर अधिकारी है, उसदे थले कुझ अधिकारी हन, उहनां अधिकारियां दे थले फिर थले कुझ अधिकारी हन। जिवें असीं उदाहरण लै लैंदे हाँ कि स्कूल दी उदाहरण लै लैंदे हाँ, वैसे तां जिहड़े स्कूल सेवावां ने उह प्रोफेशनल सर्विसिज़ ने, उहनां नूं असीं नौकरशाही दे विच नहीं गिणदे। सिर्फ मैं तुहानूं उदाहरण दे लई समझा रहा, तरतीब दी उदाहरण दे लई। सब तों उपर स्कूल दे विच प्रिंसीपल हुंदा है, प्रिंसीपल दे थले जिहड़ा हैगा वाइस प्रिंसीपल हुंदा है जां इंचार्ज हुंदे हन, उस तों बाद जिहड़े हैगे ने बाकी सारे अध्यापक हुंदे हन। इस तरह की तरतीब, और जिहड़ा थले वाला अधिकारी है वह अपने उपरले अधिकारी नूं जिम्मेवार हुंदा है, और जिहड़ा उपरले अधिकारी जिहड़े आदेश दिंदे ने हेठां वाले अधिकारी वह जिहड़े हैगे उहनां आदेशां नूं मन्नण दे लई पाबंद हुंदे हन। इस तों बाद आ गया जी, नियुक्ति दा आधार योग्यता। हुण नौकरशाहां दी नियुक्ति किस आधार ते हुंदी है? योग्यता दे आधार दे उत्ते, कोई चोण, कोई वोटां, कोई राजनीतिक पार्टी नाल संबंध दे आधार ते नहीं, योग्यता दे आधार ते। हर प्रशासनिक अधिकारी दे लई कुछ योग्यतावां निश्चित कीतियां गईयां ने, उहनां योग्यतावां नूं पूरा करना हर प्रशासनिक अधिकारी दा जिहड़ा फर्ज है, फिर ही उह सर्विस दे विच आउंदा है। असैनिक अधिकारियों की नियुक्ति योग्यता के आधार पर की जाती है। योग्यता के आधार पर नियुक्त किए गए व्यक्ति ही निरपक्षता और निपुणता सहित शासन प्रबंध चलाने के योग हो सकते हैं। इस विधि द्वारा नियुक्त किए गए व्यक्ति दी चोण का राजनीतिक आधार कोई संबंध नहीं होंगे गा। एक
योग्यता के आधार पर नियुक्ति की जाती है, क्योंकि जेकर योग्यता के आधार पर नियुक्ति की जाऊगी फिर ही वो निरपक्षता सहित काम करेंगे। जेकर कोई राजनीतिक पार्टी अपने चहेतिया जेड़े प्रशासन अधिकारी नियुक्त करती है तो की करेंगे, जिस पार्टी ने उन्होंने चोण की है वो फेवर के खड़नगे जो पक्ष पूरनगे, निरपक्षता सहित काम नहीं कर सकेंगे। इसलिए जरूरी है जी इन नियुक्ति है वह योग्यता के आधार पर हो और राजनीतिक आधारों के कोई संबंध ना हो। निरपक्षता, अगला पॉइंट, निरपक्षता असैनिक सेवा की प्रमुख विशेषता है। असैनिक अधिकारियों का काम किसी प्रकार का भेदभाव किए बिना सरकारी नीतियां लागू करना है। असैनिक अधिकारियों का दल राजनीति तो मुक्त होना बहुत जरूरी है, क्योंकि इस तो बिना उन्होंने अंदर निरपक्षता की भावना नहीं विकसित हो सकती गी। निरपक्षता बहुत जरूरी है क्योंकि अलग अलग राजनीतिक पार्टियां जिहड़ियां उन्होंने अलग अलग नीतियां हो सकदियां ने, चोणों के समय के भी वह अपन नीतियां राही लोगों को वोट मंगते हैं। इसलिए जे जो प्रशासन अधिकारी है वह किसी खास पार्टी के पक्ष के ना पूरन सगों निरपक्षता सहित अपना काम कर, फिर ही सही प्रशासन जोड़ा है लोगों को मिल सकता है। स्थाई कार्यकाल, नौकरशाही के मैंबर का कार्यकाल स्थाई होंगे है, भाव लोकतंत्री देशों में सरकार बदलदिया रन पर नौकरशाही के मैंबर अपनिया पदवियों पर कायम रहते हैं। असैनिक अधिकारी निश्चित निजमान अनुसार निश्चित उम्र से पुजन मगरों ही रिटायर होंगे। असैनिक सेवावान के स्थाई कार्यकाल का कारण ही इन्हों सेवावान स्थाई कार्यपालिका भी कहा जाता है। एक होर ध्यान रख लो, जिथे अपना नाम किया किसी असैनिक सेवावान या लोक सेवावान भी कहा जाता है, इसनों स्थाई कार्यपालिका भी कहा जाता है, क्योंकि जी कार्यपालिका जी राजनीतिक कार्यपालिका है वह तो निश्चित समय मगरों चोणा होंगे। जेकर उन्होंने उन्होंने दोबारा चुन लिया जाता तो ठीक है, जो नवी पार्ट राजनीतिक दल में चुन लिया जाता तो पुराने जोड़े है वो बदल जाती है सरकार। तो इसलिए जी जी नौकरशाही है यह स्थाई कार्यपालिका है, क्योंकि यह एक निश्चित उम्र से ही रिटायर होंगे ने, एक निश्चित उम्र पूरी कर जो उन्होंने योग्यता के आधार पर भर्ती हो जाती है तो वह लंबा समा सर्विस करते हैं, एक निश्चित उम्र की हुई है। जिवें साडे भारत विच 60 साल है जां 58 साल है तो उस निश्चित उम्र पूरी करते ही वह रिटायर होंगे। इस तो बाद असी अगले पॉइंट वल वधदे हाँ। तनखाह अते भत्ते, तो नौकरशाही दे मैंबरां नूं उन्हां दे काम बदले सरकारी खजाने विच्चों निश्चित तनखाह अते भत्ते दिते जांदे हन। निश्चित निजमां अनुसार उन्हां नूं तरक्की भी दित्ती जांदी है अते तनखाह तों इलावा अनेक प्रकार दीआं सहूलतां भी प्रदान कीतीआं जांदीआं हन। असैनिक अधिकारियों नूं रिटायर होण मगरों जीवन भर पेंशन भी मिलती रहिंदी है। असीं पहलां भी गल कर चुके हाँ कि उह पेशेवर अधिकारियों दा समूह है, अर्थात उह इस काम नूं एक पेशे दे वजों अपनाउंदे ने, उहदी योग्यता हासिल करदे ने, फिर वह नियुक्त होंदे ने और पूरा लंबा समा अपनी सेवा दिंदे ने। इहदे बदले उहनां नूं मिलदा की है, सरकारी खजाने दे विच्चों निश्चित तनखाह मिलदी है, भत्ते मिलदे है और समय समय ते उहनां नूं तरक्की भी मिलदी है और रिटायर होण तों बाद पेंशन भी मिलदी है। अज कल जिहड़ा हैगा वह पेंशन जिहड़ी 2004 तों बाद खत्म कर दित्ती गई है, चाहे इस तो बाद असी पढ़ते हाँ इसी भर्ती दियाँ नौकरशाही दियाँ विशेषतावान। तो हुण असी पढ़ांगे भर्ती दे पक्ष, तो सब तो पहला तो थोनों एक जां दो नंबर दे इंपोर्टेंट क्वेश्चन आएगा, भर्ती दे कोई दो पक्ष दसो। तो दो पक्ष है, नकारात्मक पक्ष सकारात्मक पक्ष। तो भर्ती दे किन्ने पक्ष है? दो पक्ष, नकारात्मक अते सकारात्मक। सब तो पहला असी नकारात्मक पक्ष बारे पढ़ते हाँ। भर्ती का यह पक्ष इनामी प्रणाली नाल ज़्यादा संबंधित सी। उस भर्ती का उद्देश नीच जां घटिया लोगों को असैनिक सेवावां तो दूर रखना हुंदा सी। इनामी प्रणाली में शासक अपने समर्थकों को असैनिक प्रवानी पदवियां दिंदे सन अते उन्हां दी दृष्टि में जो घटिया अते नीच लोग हुंदे सन उन्हां नूं असैनिक सेवावां तो दूर रखदे सन। प्रसिद्ध विद्वान डोनल्ड किंग्सले ने इस संबंधी टिप्पणी करदिया कहा सी कि घटिया जां नीच व्यक्तियों नूं बाहर रख्या जा सकता है पर बहुत सारे दृष्टि के मालिक दूर दृष्टि के मालिक अते गुणवान व्यक्ति भी इस तरह बाहर रह जाते हैं। हुण नकारात्मक जिहड़ी पक्ष है उहदे विच की है, इनामी प्रणाली नाल संबंधित है कि जिहड़ी पार्टी सत्ता विच आएगी वह अपने चहेतियां नूं, चहेते कौन होणगे? जिन्हां लोकां ने उस पार्टी की चोणां जित प्राप्त करने विच मदद की होएगी उन्हां चहेतियां नूं
ਪਦਵੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਤਾਂ ਉਹਦੇ ਵਿੱਚ ਕੀ ਹੁੰਦਾ ਸੀ ਕਿ ਇਹ ਦੂਜਾ ਆਧਾਰ ਕੀ ਸੀ ਇਹਦਾ ਕਿ ਇਹਦੇ ਨਾਲ ਨੀਚ ਜਾਂ ਘਟੀਆ ਲੋਕ ਮਤਲਬ ਬਾਹਰ ਰਹਿ ਜਾਂਦੇ ਸੀ ਔਰ ਚੰਗੇ ਲੋਕਾਂ ਨੂੰ ਸੇਵਾ ਦੇ ਵਿੱਚ ਲਿਆਂਦਾ ਜਾਂਦਾ ਸੀ। ਤਾਂ ਮੁੱਖ ਇਹਦਾ ਉਦੇਸ਼ ਸੀ ਨੀਚ ਜਾਂ ਘਟੀਆ ਲੋਕਾਂ ਨੂੰ ਬਾਹਰ ਕਿਵੇਂ ਰੱਖਣਾ ਕਿ ਜਿਹੜਾ ਇਹ ਬੰਦਾ ਮਾੜਾ ਹੈ ਇਹ ਇਹਨਾਂ ਨੀਤੀਆਂ ਦੇ ਨਾਲ ਮੇਲ ਨਹੀਂ ਖਾਂਦਾ ਇਹਨੂੰ ਬਾਹਰ ਰੱਖਿਆ ਜਾਵੇ। ਪਰ ਇਹਦਾ ਨੁਕਸਾਨ ਜਿਹੜਾ ਸੀਗਾ ਕੀ ਹੁੰਦਾ ਸੀਗਾ ਜਿਹੜਾ ਕਿੰਗਸਲੇ ਨੇ ਕਿਹਾ ਕਿ ਇਹਦੇ ਨਾਲ ਘਟੀਆ ਜਾਂ ਨੀਚ ਵਿਅਕਤੀਆਂ ਨੂੰ ਤਾਂ ਬਾਹਰ ਰੱਖਿਆ ਜਾਂਦਾ ਸੀਗਾ ਪਰ ਇਹਦੇ ਨਾਲ ਹੀ ਜਿਹੜੇ ਦੂਰ ਦ੍ਰਿਸ਼ਟੀ ਵਾਲੇ ਜਾਂ ਗੁਣਵਾਨ ਲੋਕ ਹੈ ਉਹ ਵੀ ਬਾਹਰ ਰਹਿ ਜਾਂਦੇ ਸੀ। ਇਸ ਲਈ ਜਿਹੜੀ ਇਹ ਪ੍ਰਣਾਲੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਪ੍ਰਣਾਲੀ ਨਹੀਂ ਅਪਣਾਈ ਜਾਂਦੀ ਗੀ। ਅੱਜ ਕੱਲ੍ਹ ਭਰਤੀ ਦੇ ਨਕਾਰਾਤਮਕ ਪੱਖ ਨੂੰ ਨਹੀਂ ਅਪਣਾਇਆ ਜਾ ਰਿਹਾ ਹੈਗਾ ਕਿਸੇ ਵੀ ਦੇਸ਼ ਵੱਲੋਂ। ਅਗਲਾ ਹੈਗਾ ਜੀ ਸਕਾਰਾਤਮਕ ਪੱਖ, ਜਿਹੜਾ ਅੱਜ ਨੌਕਰਸ਼ਾਹੀ ਦੀ ਭਰਤੀ ਦੇ ਲਈ ਵਰਤਿਆ ਜਾਂਦਾ ਹੈ ਸਕਾਰਾਤਮਕ ਪੱਖ। ਇਸੇ ਤਰੀਕੇ ਦੇ ਨਾਲ ਅੱਜ ਦੀ ਨੌਕਰਸ਼ਾਹਾਂ ਦੀ ਭਰਤੀ ਕੀਤੀ ਜਾਂਦੀ ਹੈ। ਇਹਦਾ ਕੀ ਭਾਵ ਹੈ? ਭਰਤੀ ਦੀ ਨੀਤੀ ਅਜਿਹੀ ਹੋਵੇ ਜਿਸ ਅਧੀਨ ਸਰਵ ਉੱਤਮ ਅਤੇ ਯੋਗ ਵਿਅਕਤੀ ਸੈਨਿਕ ਸੇਵਾਵਾਂ ਵਿੱਚ ਆਉਣ। ਅਜਿਹੀ ਪ੍ਰਣਾਲੀ ਅਧੀਨ ਵਧੇਰੇ ਜ਼ੋਰ ਇਸ ਗੱਲ ਉੱਤੇ ਨਹੀਂ ਦਿੱਤਾ ਜਾਵੇਗਾ ਕਿ ਘਟੀਆ ਜਾਂ ਨੀਚ ਵਿਅਕਤੀਆਂ ਨੂੰ ਸੈਨਿਕ ਸੇਵਾਵਾਂ ਤੋਂ ਦੂਰ ਰੱਖਿਆ ਜਾਵੇ, ਸਗੋਂ ਇਹ ਵਿਧੀ ਸਰਵ ਉੱਤਮ ਯੋਗਤਾ ਵਾਲੇ ਵਿਅਕਤੀਆਂ ਨੂੰ ਸੈਨਿਕ ਸੇਵਾਵਾਂ ਵਿੱਚ ਆਉਣ ਲਈ ਪ੍ਰੇਰਿਤ ਕਰੇਗੀ। ਭਰਤੀ ਦੀ ਇਹ ਨੀਤੀ ਸਕਾਰਾਤਮਕ ਸਰੂਪ ਦੀ ਹੁੰਦੀ ਹੈ ਅਤੇ ਅਜੋਕੇ ਯੁੱਗ ਵਿੱਚ ਹਰੇਕ ਦੇਸ਼ ਭਰਤੀ ਦੀ ਅਜਿਹੀ ਸਕਾਰਾਤਮਕ ਨੀਤੀ 'ਤੇ ਹੀ ਅਮਲ ਕਰਦਾ ਹੈ ਅਤੇ ਅੱਜ ਕੱਲ੍ਹ ਭਰਤੀ ਦੀ ਨਕਾਰਾਤਮਕ ਨੀਤੀ 'ਤੇ ਅਮਲ ਨਹੀਂ ਕੀਤਾ ਜਾਂਦਾ ਹੈ। ਹੁਣ ਇਹ ਭਰਤੀ ਨਕਾਰਾਤਮਕ ਦੇ ਬਿਲਕੁਲ ਉਲਟ ਹੈ। ਉਹ ਕਹਿੰਦੇ ਸੀ ਨੀਚ ਅਤੇ ਘਟੇ ਲੋਕਾਂ ਨੂੰ ਵੱਧ ਤੋਂ ਵੱਧ ਬਾਹਰ ਕਿਵੇਂ ਰੱਖਿਆ ਜਾਵੇ। ਸਕਾਰਾਤਮਕ ਪੱਖ ਕਹਿੰਦਾ ਕਿ ਘਟੀਆ ਲੋਕਾਂ ਨੂੰ ਬਾਹਰ ਰੱਖਣ 'ਤੇ ਧਿਆਨ ਨਹੀਂ ਦੇਣਾ ਗਾ, ਬਲਕਿ ਵੱਧ ਤੋਂ ਵੱਧ ਸਰਵੋਤਮ ਯੋਗਤਾ ਵਾਲੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਕਿਵੇਂ ਸੇਵਾਵਾਂ ਵਿੱਚ ਲਿਆਂਦਾ ਜਾਵੇ। ਅਤੇ ਅੱਜ ਇਹੀ ਵਿਧੀ ਜਿਹੜੀ ਹੈ ਅਪਣਾਈ ਜਾ ਰਹੀ ਹੈ। ਕਿਸ ਤਰੀਕੇ ਨਾਲ ਅਪਣਾਈ ਜਾ ਰਹੀ ਹੈ ਉਹ ਆਪਾਂ ਆਉਣ ਵਾਲੇ ਸਲਾਈਡਾਂ ਦੇ ਵਿੱਚ ਪੜ੍ਹ ਲਵਾਂਗੇ ਕਿ ਅੱਜ ਕੱਲ੍ਹ ਕਿਹੜੇ ਕਿਹੜੇ ਤਰ੍ਹਾਂ ਦੀ ਭਰਤੀ ਕੀਤੀ ਜਾਂਦੀ ਹੈ। ਲਗਭਗ ਲੋਕਤੰਤਰੀ ਦੇਸ਼ਾਂ ਦੇ ਵਿੱਚ ਸਕਾਰਾਤਮਕ ਜਿਹੜੀ ਭਰਤੀ ਦੀ ਨੀਤੀ ਹੀ ਅਪਣਾਈ ਜਾਂਦੀ ਹੈ। ਨੌਕਰਸ਼ਾਹੀ ਦੀ ਭਰਤੀ ਦੀਆਂ ਵਿਧੀਆਂ, ਨੌਕਰਸ਼ਾਹੀ ਜਾਂ ਅਸੈਨਿਕ ਸੇਵਾਵਾਂ ਦੀ ਨਿਯੁਕਤੀ ਜਾਂ ਭਰਤੀ ਸੰਬੰਧੀ ਸਾਰੇ ਦੇਸ਼ਾਂ ਵਿੱਚ ਇੱਕ ਹੀ ਪ੍ਰਕਾਰ ਦੀ ਵਿਧੀ ਪ੍ਰਚਲਿਤ ਨਹੀਂ ਹੈ। ਹਰੇਕ ਦੇਸ਼ ਦੀ ਸਰਕਾਰ ਆਪਣੇ ਦੇਸ਼ ਅਤੇ ਵਿਸ਼ੇਸ਼ ਅਵਸਥਾਵਾਂ ਅਤੇ ਲੋੜਾਂ ਨੂੰ ਮੁੱਖ ਰੱਖ ਕੇ ਸੈਨਿਕ ਸੇਵਾਵਾਂ ਦੀ ਨਿਯੁਕਤੀ ਜਾਂ ਭਰਤੀ ਕਰਨ ਦੀ ਵਿਧੀ ਨੂੰ ਨਿਸ਼ਚਿਤ ਕਰਦੀ ਹੈ। ਨੌਕਰਸ਼ਾਹੀ ਦੀ ਨਿਯੁਕਤੀ ਸੰਬੰਧੀ ਮੁੱਖ ਤੌਰ 'ਤੇ ਹੇਠ ਲਿਖੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਨੇ। ਅਗਲੀਆਂ ਸਲਾਈਡਾਂ ਦੇ ਵਿੱਚ ਪੜ੍ਹਦੇ ਹਾਂ ਕਿਹੜੀਆਂ ਕਿਹੜੀਆਂ ਵਿਧੀਆਂ ਨੌਕਰਸ਼ਾਹੀ ਦੀ ਭਰਤੀ ਦੇ ਲਈ ਅਪਣਾਈਆਂ ਜਾਂਦੀਆਂ ਹਨ। ਰਾਜਨੀਤੀ ਆਧਾਰਿਤ ਨਿਯੁਕਤੀ ਵਿਧੀ, ਅਧਿਕਾਰੀਆਂ ਦੀ ਨਿਯੁਕਤੀ ਦੀ ਇਹ ਵਿਧੀ 1883 ਤੱਕ ਅਮਰੀਕਾ ਵਿੱਚ ਪ੍ਰਚਲਿਤ ਰਹੀ ਹੈ। ਰਾਜਨੀਤੀ ਆਧਾਰਿਤ ਵਿਧੀ ਜਿਹਨੂੰ ਨਕਾਰਾਤਮਕ ਪੱਖ ਕਹਿੰਦੇ ਹਾਂ ਅਸੀਂ, ਇਸ ਪ੍ਰਣਾਲੀ ਅਧੀਨ ਨੌਕਰਸ਼ਾਹੀ ਦੀ ਨਿਯੁਕਤੀ ਰਾਜਨੀਤਿਕ ਆਧਾਰਾਂ 'ਤੇ ਕੀਤੀ ਜਾਂਦੀ ਹੈ। ਚੋਣਾਂ ਜਿੱਤਣ ਮਗਰੋਂ ਜਿਸ ਰਾਜਨੀਤਿਕ ਦਲ ਦੀ ਵੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਉਸ ਸਰਕਾਰ ਨੂੰ ਹੀ ਵੱਖ ਵੱਖ ਪਦਵੀਆਂ ਉੱਪਰ ਅਸੈਨਿਕ ਅਧਿਕਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਹੁੰਦਾ ਹੈ। ਜਿਸ ਰਾਜਨੀਤਿਕ ਦਲ ਦੀ ਸਰਕਾਰ ਨੂੰ ਆਮ ਚੋਣਾਂ ਵਿੱਚ ਹਾਰ ਹੋ ਗਈ ਹੋਵੇ ਉਸ ਸਰਕਾਰ ਦੁਆਰਾ ਨਿਯੁਕਤ ਕੀਤੇ ਵਿਅਕਤੀ ਆਪਣੀਆਂ ਪਦਵੀਆਂ ਤੋਂ ਤਿਆਗ ਪੱਤਰ ਦੇ ਦਿੰਦੇ ਹਨ। ਅਧਿਕਾਰੀਆਂ ਦੀ ਨਿਯੁਕਤੀ ਦੀ ਇਹ ਵਿਧੀ ਦੋਸ਼ਪੂਰਨ ਹੈ ਕਿਉਂਕਿ ਨਿਯੁਕਤੀ ਦਾ ਆਧਾਰ ਯੋਗਤਾ ਨਹੀਂ ਸਗੋਂ ਰਾਜਨੀਤੀ ਹੁੰਦਾ ਹੈ। ਇਸ ਵਿਧੀ ਦੁਆਰਾ ਨਿਯੁਕਤ ਕੀਤੇ ਵਿਅਕਤੀ ਕੋਲੋਂ ਰਾਜਨੀਤਿਕ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹੋ ਕਾਰਨ ਹੈ ਕਿ ਆਧੁਨਿਕ ਲੋਕਤੰਤਰੀ ਯੁੱਗ ਵਿੱਚ ਇਸ ਵਿਧੀ ਨੂੰ ਲਾਗੂ ਨਹੀਂ ਕੀਤਾ ਜਾਂਦਾ ਹੈ। ਇਹ ਜਿਹੜਾ ਅਸੀਂ ਭਰਤੀ ਦਾ ਨਕਾਰਾਤਮਕ ਪੱਖ ਪੜ੍ਹਿਆ ਹੈ ਇਹ ਉਸ ਪੱਖ ਨਾਲ ਸੰਬੰਧਿਤ ਹੈ। ਇਹ 1883 ਤੱਕ ਅਮਰੀਕਾ 'ਚ ਇਹੀ ਵਿਧੀ ਚੱਲਦੀ ਸੀ ਕਿ ਜਿਹੜੀ ਪਾਰਟੀ ਰਾਜਨੀਤਿਕ ਪਾਰਟੀ ਸੱਤਾ ਦੇ ਵਿੱਚ ਆਵੇਗੀ ਉਹ ਆਪਣੇ ਚਹੇਤਿਆਂ ਨੂੰ ਪਦਵੀਆਂ ਦੇਵੇਗੀ, ਜਿਹੜੇ ਪਹਿਲਾਂ ਦੇ ਲੱਗੇ ਹੋਏ ਆ ਉਹ ਤਿਆਗ ਪੱਤਰ ਦੇ ਦੇਣਗੇ। ਇਹ ਜਿਹੜੀ ਵਿਧੀ ਹੈ ਇਹ ਯੋਗਤਾ ਦੇ ਆਧਾਰ 'ਤੇ ਨਹੀਂ ਬਲਕਿ ਪਾਰਟੀ ਆਪਣੇ ਚਹੇਤਿਆਂ ਨੂੰ ਜਿਹੜਾ ਪਦਵੀਆਂ ਦਿੰਦੀ ਹੈ, ਇਸ ਲਈ ਇਹਨੂੰ ਕੋਈ ਬਾਹਲੀ ਵਧੀਆ ਨਹੀਂ ਮੰਨਿਆ ਜਾਂਦਾ ਅਤੇ ਇਸੇ ਲਈ ਅੱਜ ਲੋਕਤੰਤਰੀ ਦੇਸ਼ਾਂ ਦੇ ਵਿੱਚ ਇਹ ਜਿਹੜੀ ਵਿਧੀ ਹੈ ਲਾਗੂ ਨਹੀਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੈ ਜੀ ਵਿਭਾਗੀ ਚੋਣ ਕਮੇਟੀਆਂ ਦੁਆਰਾ ਨਿਯੁਕਤੀ। ਇਸ ਵਿਧੀ ਰਾਹੀਂ ਵੱਖ ਵੱਖ ਵਿਭਾਗਾਂ ਦੁਆਰਾ ਵਿਸ਼ੇਸ਼ ਤੌਰ 'ਤੇ ਚੋਣ ਕਮੇਟੀਆਂ ਸੰਗਠਿਤ ਕੀਤੀਆਂ ਜਾਂਦੀਆਂ ਹਨ। ਹਰੇਕ ਵਿਭਾਗ ਆਪਣੀਆਂ ਪਦਵੀਆਂ ਲਈ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕਰਦਾ ਹੈ। ਨਿਸ਼ਚਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਆਪਣੇ ਬਿਨੈ ਪੱਤਰ ਭੇਜਦੇ ਹਨ। ਵਿਭਾਗੀ ਚੋਣ ਕਮੇਟੀਆਂ ਮੁਲਾਕਾਤ ਕਰਨ ਲਈ ਯੋਗ ਉਮੀਦਵਾਰਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਸੱਦਾ ਪੱਤਰ ਭੇਜਦੀ ਹੈ। ਜੇਕਰ ਵਿਭਾਗੀ ਕਮੇਟੀ ਚਾਹੇ ਤਾਂ ਉਮੀਦਵਾਰ ਨੂੰ ਲਿਖਤੀ ਇਮਤਿਹਾਨ ਦੇਣ ਲਈ ਵੀ ਕਹਿ ਸਕਦੀ ਹੈ। ਇਸ ਤਰ੍ਹਾਂ ਜਿਹੜੇ ਉਮੀਦਵਾਰ ਵਿਭਾਗੀ ਕਮੇਟੀ ਦੁਆਰਾ ਨਿਸ਼ਚਿਤ ਕੀਤੀ ਮੁਲਾਕਾਤ ਜਾਂ ਪ੍ਰੀਖਿਆ ਵਿੱਚ ਸਫਲ ਹੋ ਜਾਂਦੇ ਹਨ ਉਹਨਾਂ ਨੂੰ ਉਸ ਵਿਭਾਗ ਦੀਆਂ ਪਦਵੀਆਂ ਉੱਪਰ ਨਿਯੁਕਤ ਕਰ ਦਿੱਤਾ ਜਾਂਦਾ ਹੈ।
ਜਿਹੜੀਆਂ ਵਿਭਾਗੀ ਚੋਣ ਕਮੇਟੀਆਂ ਉਹਦਾ ਸਾਰਾ ਪ੍ਰੋਸੀਜਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਵਿਭਾਗੀ ਚੋਣ ਕਮੇਟੀ ਆਪਣੇ ਵਿਭਾਗ ਹਰ ਵਿਭਾਗ ਦੀ ਜਾਂ ਕੁਝ ਵਿਭਾਗਾਂ ਦੀ ਇਕੱਠੀ ਵੀ ਹੋ ਸਕਦੀ ਹੈ ਅਤੇ ਇੱਕ ਕਮੇਟੀ ਹੁੰਦੀ ਹੈ ਜਿਹੜੀ ਉਸ ਵਿਭਾਗ ਦੇ ਲਈ ਅਧਿਕਾਰੀਆਂ ਦੀ ਨਿਯੁਕਤੀ ਕਰਦੀ ਹੈ ਤਾਂ ਉਹ ਕੀ ਕਰਦੀ ਹੈ ਜਿਹੜੀ ਪਦਵੀਆਂ ਨੇ ਉਹਨਾਂ ਨੂੰ ਉਹਨਾਂ ਦਾ ਇਸ਼ਤਿਹਾਰ ਦਿੰਦੀ ਹੈ ਉਸ ਤੋਂ ਬਾਅਦ ਜਿਹੜੇ ਉਹਦੇ ਲਈ ਯੋਗਤਾ ਨਿਸ਼ਚਿਤ ਕਰਦੀ ਹੈ ਔਰ ਜਿਹੜੇ ਵਿਅਕਤੀ ਉਸ ਯੋਗਤਾ ਨੂੰ ਪੂਰਾ ਕਰਦੇ ਹੈ ਉਹ ਅਪਲਾਈ ਕਰਦੇ ਹੈ ਫਿਰ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਸਿਲੈਕਟ ਕਰਨਾ ਹੈ ਕਿਸ ਤਰੀਕੇ ਨਾਲ ਸਿਲੈਕਟ ਕਰਨਾ ਹੈ ਉਹਦਾ ਪੂਰਾ ਪ੍ਰੋਸੀਜਰ ਦੱਸਿਆ ਜਾਂਦਾ ਹੈ ਉਹ ਇੰਟਰਵਿਊ ਵੀ ਲੈ ਸਕਦੇ ਹੈ ਉਹ ਲਿਖਤੀ ਟੈਸਟ ਵੀ ਲੈ ਸਕਦੇ ਹੈ ਜਾਂ ਉਹ ਕੋਈ ਵੀ ਹੋਰ ਆਧਾਰ ਵੀ ਨਿਸ਼ਚਿਤ ਕਰ ਸਕਦੇ ਹਨ ਇਸ ਤੋਂ ਬਾਅਦ ਹੈ ਲੋਕ ਸੇਵਾ ਚੋਣ ਲੋਕ ਸੇਵਾ ਆਯੋਗਾਂ ਦੁਆਰਾ ਸਾਡੇ ਭਾਰਤ ਦੇ ਵਿੱਚ ਵੀ ਲੋਕ ਸੇਵਾ ਆਯੋਗ ਹੈ ਜਿਸ ਨੂੰ ਅਸੀਂ UPSC ਕਹਿੰਦੇ ਹਾਂ ਯੂਨੀਅਨ ਪਬਲਿਕ ਸਰਵਿਸ ਇਸੇ ਤਰ੍ਹਾਂ UPSC ਯੂਨੀਅਨ ਪਬਲਿਕ ਸਰਵਿਸ ਔਰ ਇਸ ਤੋਂ ਇਲਾਵਾ ਜਿਹੜਾ ਹਰ ਸਟੇਟ ਦਾ ਹਰ ਰਾਜ ਦਾ ਆਪਣਾ ਇੱਕ ਜਿਹੜਾ ਲੋਕ ਸੇਵਾ ਆਯੋਗ ਹੈ ਜਿਵੇਂ ਪੰਜਾਬ ਦਾ ਹੈ PPSC ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਹ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹ ਹੈਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਸੇ ਤਰ੍ਹਾਂ ਬਾਕੀ ਰਾਜਾਂ ਦਾ ਵੀ ਹੈ ਜਿਵੇਂ ਹਰਿਆਣਾ ਦਾ ਹੈ HPSC ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਇਸੇ ਤਰ੍ਹਾਂ ਬਾਕੀ ਰਾਜਾਂ ਦੇ ਆਪਣੇ ਆਪਣੇ ਜਿਹੜੇ ਲੋਕ ਸੇਵਾ ਆਯੋਗ ਹਨ ਔਰ ਜਿਹੜਾ ਹਰ ਸਟੇਟ ਦਾ ਆਪਣਾ ਲੋਕ ਸੇਵਾ ਆਯੋਗ ਹੈ ਕੁਝ ਜਿਹੜੀਆਂ ਭਰਤੀਆਂ ਨੇ ਪਦਵੀਆਂ ਨੇ ਉਹਨਾਂ ਉੱਤੇ ਭਰਤੀ ਲੋਕ ਸੇਵਾ ਜਿਹੜਾ ਭਾਰਤ ਦਾ ਯੂਨੀਅਨ ਦਾ ਲੋਕ ਸੇਵਾ ਆਯੋਗ ਆ ਉਹ ਕਰਦਾ ਹੈ ਔਰ ਬਾਕੀ ਕੁਝ ਜਿਹੜੀਆਂ ਪਦਵੀਆਂ ਨੇ ਉਹਨਾਂ ਉੱਪਰ ਰਾਜਾਂ ਦੇ ਆਪਣੇ ਆਪਣੇ ਜਿਹੜੇ ਲੋਕ ਸੇਵਾ ਆਯੋਗ ਨੇ ਉਹ ਭਰਤੀਆਂ ਕਰਦੇ ਹਨ ਵਿਭਾਗੀ ਸਮਿਤੀਆਂ ਕੇਵਲ ਆਪਣੇ ਵਿਭਾਗ ਦੀਆਂ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ ਪਰ ਲੋਕ ਸੇਵਾ ਆਯੋਗ ਇੱਕ ਅਜਿਹੀ ਸੰਸਥਾ ਹੈ ਜੋ ਸਰਕਾਰ ਦੇ ਅਨੇਕਾਂ ਵਿਭਾਗਾਂ ਲਈ ਉਮੀਦਵਾਰਾਂ ਦੀ ਚੋਣ ਕਰਦੀ ਹੈ ਭਾਰਤੀ ਸੰਵਿਧਾਨ ਨੇ ਕੇਂਦਰ 'ਚ ਸੰਘੀ ਲੋਕ ਸੇਵਾ ਆਯੋਗ ਦੀ ਵਿਵਸਥਾ ਕੀਤੀ ਹੈ ਇਹ ਆਯੋਗ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀਆਂ ਉੱਚ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਕਰਦਾ ਹੈ ਵੱਖ ਵੱਖ ਪਦਵੀਆਂ ਲਈ ਵੱਖ ਵੱਖ ਵਿਧੀਆਂ ਆਯੋਗ ਦੁਆਰਾ ਨਿਸ਼ਚਿਤ ਕੀਤੀਆਂ ਗਈਆਂ ਹਨ ਪਰ ਆਮ ਕਰਕੇ ਉਮੀਦਵਾਰਾਂ ਦੀ ਚੋਣ ਮੁਕਾਬਲੇ ਦੇ ਇਮਤਿਹਾਨ ਦੁਆਰਾ ਕੀਤੀ ਜਾਂਦੀ ਹੈ ਵੱਖ ਵੱਖ ਪਦਵੀਆਂ ਦੇ ਲਈ ਵੱਖ ਵੱਖ ਪ੍ਰੋਸੀਜਰ ਹੈ ਪਰ ਜ਼ਿਆਦਾਤਰ ਪਦਵੀਆਂ ਦੇ ਲਈ ਲਿਖਤੀ ਇਮਤਿਹਾਨ ਹੁੰਦਾ ਜਿਹਨੂੰ ਆਪਾਂ UPSC ਸਿਵਲ ਸਰਵਿਸਿਜ਼ ਐਗਜ਼ਾਮ ਵੀ ਕਹਿੰਦੇ ਹਾਂ ਉਸ ਤਰੀਕੇ ਦੇ ਨਾਲ ਜਿਹੜੀ ਭਰਤੀ ਹੈ ਨੌਕਰਸ਼ਾਹਾਂ ਦੀ ਕੀਤੀ ਜਾਂਦੀ ਹੈ ਨਿੱਜੀ ਮੁਲਾਕਾਤ ਇੰਟਰਵਿਊ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਕਹਿੰਦੇ ਹਾਂ ਅਸੀਂ ਜ਼ਿਆਦਾਤਰ ਇੰਟਰਵਿਊ ਸ਼ਬਦ ਹੀ ਚੱਲਦਾ ਹੈ ਤਾਂ ਪੰਜਾਬੀ ਦੇ ਵਿੱਚ ਨਿੱਜੀ ਮੁਲਾਕਾਤ ਕਹਿੰਦੇ ਹਾਂ ਮੁਕਾਬਲੇ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਹੋ ਜਾਣ ਮਗਰੋਂ ਉਮੀਦਵਾਰਾਂ ਨੂੰ ਆਯੋਗ ਦੇ ਸਾਹਮਣੇ ਮੁਲਾਕਾਤ ਲਈ ਬੁਲਾਇਆ ਜਾਂਦਾ ਹੈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ 'ਤੇ ਉਮੀਦਵਾਰਾਂ ਦੀ ਇੱਕ ਸੂਚੀ ਯੋਗਤਾ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ ਇਸ ਸੂਚੀ ਨੂੰ ਮੈਰਿਟ ਲਿਸਟ ਕਿਹਾ ਜਾਂਦਾ ਹੈ ਇਹ ਸੂਚੀ ਸਰਕਾਰ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਸਰਕਾਰ ਯੋਗਤਾ ਅਨੁਸਾਰ ਸੂਚੀ ਵਿੱਚੋਂ ਕ੍ਰਮਵਾਰ ਅੰਕਿਤ ਉਮੀਦਵਾਰਾਂ ਦੀ ਨਿਯੁਕਤੀ ਕਰਦੀ ਹੈ ਭਾਰਤ ਵਿੱਚ ਕੇਂਦਰੀ ਸਰਕਾਰ ਦੀਆਂ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਸੰਘ ਲੋਕ ਸੇਵਾ ਆਯੋਗ ਦੁਆਰਾ ਕੀਤੀ ਜਾਂਦੀ ਹੈ ਹਰੇਕ ਰਾਜ ਸਰਕਾਰ ਦੀਆਂ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਰਾਜ ਲੋਕ ਸੇਵਾ ਆਯੋਗ ਦੀ ਵਿਵਸਥਾ ਕੀਤੀ ਗਈ ਹੈ ਇਸ ਤਰ੍ਹਾਂ ਦੇ ਆਯੋਗ ਦੀ ਵਿਵਸਥਾ ਅਨੇਕਾਂ ਹੀ ਲੋਕਤੰਤਰੀ ਦੇਸ਼ਾਂ 'ਚ ਮਿਲਦੀ ਹੈ ਅਜਿਹੇ ਆਯੋਗ ਪ੍ਰਤੱਖ ਤੌਰ 'ਤੇ ਸਰਕਾਰੀ ਨਿਯੰਤਰਣ ਤੋਂ ਮੁਕਤ ਹੁੰਦੇ ਹਨ ਆਯੋਗਾਂ ਦੁਆਰਾ ਉਮੀਦਵਾਰਾਂ ਦੀ ਚੋਣ ਕਰਨ ਦੀ ਵਿਧੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਲਿਤ ਹੈ ਮਤਲਬ ਲਗਭਗ ਲੋਕਤੰਤਰੀ ਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਦੇ ਆਯੋਗਾਂ ਦੁਆਰਾ ਭਰਤੀ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਆਯੋਗਾਂ ਨੂੰ ਸਰਕਾਰੀ ਨਿਯੰਤਰਣ ਤੋਂ ਮੁਕਤ ਰੱਖਿਆ ਜਾਂਦਾ ਹੈ ਔਰ ਨਿਰਪੱਖ ਭਰਤੀ ਸਿਰਫ ਯੋਗਤਾ ਦੇ ਆਧਾਰ 'ਤੇ ਭਰਤੀ ਜਿਹੜੀ ਹੈ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਆ ਗਿਆ ਜੀ ਸੇਵਾ ਚੋਣ ਬੋਰਡਾਂ ਦੁਆਰਾ ਕਈ ਦੇਸ਼ਾਂ 'ਚ ਹੇਠਲੇ ਪੱਧਰ ਦੇ ਸੈਨਿਕ ਕਰਮਚਾਰੀਆਂ ਦੀ ਚੋਣ ਲਈ ਸੇਵਾ ਚੋਣ ਬੋਰਡ ਸਥਾਪਿਤ ਕੀਤੇ ਜਾਂਦੇ ਹਨ ਅਜਿਹੇ ਬੋਰਡ ਉੱਚ ਅਸੈਨਿਕ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਨਹੀਂ ਕਰਦੇ ਸਗੋਂ ਹੇਠਲੇ ਪੱਧਰ ਦੀਆਂ ਅਸੈਨਿਕ ਪਦਵੀਆਂ ਲਈ ਉਮੀਦਵਾਰਾਂ ਦੀ ਚੋਣ ਅਜਿਹੇ ਬੋਰਡਾਂ ਦੁਆਰਾ ਕੀਤੀ ਜਾਂਦੀ ਹੈ ਬੋਰਡਾਂ ਦੀ ਸਥਾਪਨਾ ਸਰਕਾਰਾਂ ਦੁਆਰਾ ਹੁੰਦੀ ਹੈ ਅਤੇ ਬੋਰਡ ਨੂੰ ਖਤਮ ਕਰਨ ਦੀ ਸ਼ਕਤੀ ਵੀ ਸਰਕਾਰ ਕੋਲ ਹੁੰਦੀ ਹੈ ਜਿਵੇਂ ਜਿਹੜੀਆਂ ਉੱਚ ਪਦਵੀਆਂ ਨੇ ਉਹਨਾਂ ਦੇ ਲਈ ਜਿਹੜੇ ਅਸੈਨਿਕ ਕਰਮਚਾਰੀਆਂ ਦੀ ਚੋਣ ਹੈ ਉਹ ਜਿਹੜੇ ਸੰਘ ਲੋਕ ਸੇਵਾ ਚੋਣ ਜਿਵੇਂ UPSC ਜਾਂ ਸਟੇਟ ਦੇ ਜਿਹੜੇ ਰਾਜ ਚੋਣ ਆਯੋਗ ਆ ਉਹ ਕਰਦੇ ਹੈ ਰਾਜ ਲੋਕ ਸੇਵਾ ਆਯੋਗ ਆ ਜਿਹੜੇ ਔਰ ਜਿਹੜੀਆਂ ਉਸ ਤੋਂ ਹੇਠਲੇ ਪੱਧਰ ਦੇ ਸੈਨਿਕ ਕਰਮਚਾਰੀ ਆ ਉਹਨਾਂ ਦੇ ਲਈ ਸੇਵਾ ਚੋਣ ਬੋਰਡ ਕੀਤੇ ਨਿਯੁਕਤ ਕੀਤੇ ਗਏ ਆ ਆਪਣੇ ਭਾਰਤ ਅਤੇ ਪੰਜਾਬ ਦੇ ਵਿੱਚ ਵੀ ਅਜਿਹਾ ਸੇਵਾ ਚੋਣ ਬੋਰਡ ਹੈ ਜੋ ਇਸ ਤਰ੍ਹਾਂ ਦੇ ਕਰਮਚਾਰੀਆਂ ਦੀ ਨਿਯੁਕਤੀ ਕਰਦਾ ਹੈ ਪ੍ਰਤੱਖ ਭਰਤੀ ਜਾਂ ਬਾਹਰ ਤੋਂ ਭਰਤੀ ਇਹ ਦੋ ਤਰ੍ਹਾਂ ਦੀਆਂ ਭਰਤੀਆਂ ਬਾਰੇ ਪੜ੍ਹਾਂਗੇ ਭਰਤੀ ਦੀਆਂ ਇਹ ਦੋ ਵਿਧੀਆਂ ਨੇ ਪ੍ਰਤੱਖ ਭਰਤੀ ਜਾਂ ਬਾਹਰ ਤੋਂ ਅਤੇ ਅੰਦਰੋਂ ਭਰਤੀ ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਪ੍ਰਤੱਖ ਭਰਤੀ ਪ੍ਰਤੱਖ ਭਰਤੀ ਦੀ ਸ਼ਕਤੀ ਕਿਸੇ ਬਹੁ ਮੈਂਬਰੀ ਆਯੋਗ ਕੋਲ ਹੋਣੀ ਚਾਹੀਦੀ ਹੈ
ਜਿਸ ਲਈ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਕਰਵਾਉਣੀਆਂ ਜ਼ਰੂਰੀ ਹਨ। ਪ੍ਰਤੱਖ ਭਰਤੀ ਦੀ ਵਿਧੀ ਦਾ ਮੰਤਵ ਸੱਚਾਈ ਵਿੱਚ ਲੁਕਿਆ ਹੋਇਆ ਹੈ ਕਿ ਕੇਵਲ ਯੋਗਤਾ ਰੱਖਣ ਵਾਲੇ ਯੁਵਕ ਹੀ ਦੇਸ਼ ਦੀਆਂ ਸੈਨਿਕ ਸੇਵਾਵਾਂ ਵਿੱਚ ਭਰਤੀ ਹੋਣ ਤਾਂ ਜੋ ਉਹ ਨੌਕਰਸ਼ਾਹਾਂ ਦੇ ਕਰਤੱਵਾਂ ਨੂੰ ਵੀ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰ ਸਕਣ। ਪ੍ਰਤੱਖ ਭਰਤੀ ਖੁੱਲ੍ਹੀ ਭਰਤੀ ਬਾਹਰੋਂ ਕੀਤੀ ਜਾਂਦੀ ਹੈ, ਜਿਹੜੀਆਂ ਗੱਲਾਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਸੰਘ ਲੋਕ ਸੇਵਾ ਆਯੋਗ ਜਾਂ ਰਾਜ ਲੋਕ ਸੇਵਾ ਆਯੋਗ ਜਿਹੜੀਆਂ ਭਰਤੀਆਂ ਕਰਦੇ ਆ, ਉਹ ਭਰਤੀਆਂ ਪ੍ਰਤੱਖ ਭਰਤੀਆਂ ਹੀ ਹਨ। ਉਹਦੇ ਵਿੱਚ ਸਾਰ ਖੁੱਲ੍ਹਾ ਇਸ਼ਤਿਹਾਰ ਦਿੱਤਾ ਜਾਂਦਾ ਹੈ, ਯੋਗਤਾ ਨਿਸ਼ਚਿਤ ਕਰਤੀ ਜਾਂਦੀ ਹੈ ਪਦਵੀ ਦੀ, ਉਸ ਯੋਗਤਾ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਉਹ 'ਤੇ ਅਪਲਾਈ ਕਰਦੇ ਹਨ, ਔਰ ਇੱਕ ਪ੍ਰੋਸੀਜਰ ਅਡੋਪਟ ਕੀਤਾ ਜਾਂਦਾ ਹੈ ਰਿਕਰੂਟਮੈਂਟ ਦਾ ਕਿ ਭਰਤੀ ਕਰਨੀ ਹੈ ਉਹਦੇ 'ਚ ਜਿਹੜੀ ਨਿਯੁਕਤੀ ਕਰਨੀ ਹੈ ਉਹਦੀ ਚੋਣ ਕਿਵੇਂ ਹੋਊਗੀ, ਇੰਟਰਵਿਊ ਹੋਊਗੀ, ਪ੍ਰੀਖਿਆ ਹੋਊਗੀ ਜਾਂ ਕੋਈ ਹੋਰ ਜਾਂ ਦੋਨੇ ਚੀਜ਼ਾਂ ਹੋਣਗੀਆਂ, ਉਹ ਆਧਾਰ ਨਿਸ਼ਚਿਤ ਕਰਕੇ ਉਹਦੇ ਆਧਾਰ 'ਤੇ ਸਿਲੈਕਸ਼ਨ ਕੀਤੀ ਜਾਂਦੀ ਹੈ ਅਤੇ ਚੋਣ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਜਿਹੜੀ ਪ੍ਰਤੱਖ ਭਰਤੀ ਹੈ ਇਹ ਜਿਹੜੀ ਹੈ ਅੱਜ ਦੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਅਪਣਾਈ ਹੋਈ ਵਿਧੀ ਹੈ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਨੇ ਉਹ ਬਾਹਰੋਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਜਿਹੜੇ ਯੋਗ ਉਮੀਦਵਾਰ ਹੈ ਉਹਨਾਂ ਦੇ ਵਿੱਚੋਂ ਕੀਤੀਆਂ ਜਾਂਦੀਆਂ ਹਨ। ਹੁਣ ਪ੍ਰਤੱਖ ਭਰਤੀ ਦੇ ਗੁਣ, ਜਿਹੜੀ ਪ੍ਰਤੱਖ ਭਰਤੀ ਦੇ ਗੁਣ ਹੈ ਉਹ ਅੰਦਰੋਂ ਭਰਤੀ ਦੇ ਔਗਣ ਹੈ, ਜਿਹੜੇ ਅੰਦਰੋਂ ਭਰਤੀ ਦੇ ਗੁਣ ਹੈ ਉਹ ਪ੍ਰਤੱਖ ਭਰਤੀ ਦੇ ਔਗਣ ਹੈ। ਇਸ ਲਈ ਜਦੋਂ ਅਸੀਂ ਪ੍ਰਤੱਖ ਭਰਤੀ ਦੇ ਹੁਣ ਗੁਣ ਕਰ ਰਹੇ ਹਾਂ ਤਾਂ ਇਹ ਸਾਰੇ ਅੰਦਰੋਂ ਭਰਤੀ ਦੇ ਔਗਣ ਹਨ, ਤਾਂ ਜਦੋਂ ਅਸੀਂ ਅੰਦਰੋਂ ਭਰਤੀ ਦੇ ਔਗਣ ਕਰਾਂਗੇ ਉਹ ਸਾਰੇ ਪ੍ਰਤੱਖ ਭਰਤੀ ਦੇ ਔਗਣ ਹੋਣਗੇ। ਤਾਂ ਸਭ ਤੋਂ ਪਹਿਲਾਂ ਪ੍ਰਤੱਖ ਭਰਤੀ ਦੇ ਗੁਣ ਕਰਦੇ ਹਾਂ। ਪ੍ਰਤੱਖ ਭਰਤੀ ਲੋਕਤੰਤਰੀ ਸਿਧਾਂਤਾਂ ਦੇ ਅਨੁਸਾਰ ਹੈ। ਭਰਤੀ ਦੀ ਇਹ ਵਿਧੀ ਸਾਰੇ ਯੋਗ ਵਿਅਕਤੀਆਂ ਨੂੰ ਸਮਾਨ ਅਵਸਰ ਪ੍ਰਦਾਨ ਕਰਦੀ ਹੈ ਲੋਕਤੰਤਰੀ ਸਿਧਾਂਤਾਂ ਦੇ ਅਨੁਸਾਰ, ਅਰਥਾਤ ਭੇਦਭਾਵ ਨਹੀਂ ਕੀਤਾ ਜਾਂਦਾ ਰੰਗ, ਨਸਲ, ਜਾਤ ਦੇ ਆਧਾਰ 'ਤੇ, ਬਲਕਿ ਸਿਰਫ ਯੋਗਤਾ ਨਿਸ਼ਚਿਤ ਕੀਤੀ ਜਾਂਦੀ ਹੈ। ਉਸ ਯੋਗਤਾ ਨੂੰ ਪੂਰਾ ਕਰਕੇ ਔਰ ਜਿਹੜਾ ਪ੍ਰੋਸੀਜਰ ਅਡੋਪਟ ਕੀਤਾ ਗਿਆ ਉਹਦੇ ਵਿੱਚ ਆਪਣਾ ਉਹਨੂੰ ਪੂਰਾ ਕਰਕੇ ਕੋਈ ਵੀ ਵਿਅਕਤੀ ਜਿਹੜਾ ਉਹ ਨਿਯੁਕਤੀ ਦੇ ਯੋਗ ਹੋ ਸਕਦਾ ਹੈ। ਭਰਤੀ ਦੀ ਇਹ ਵਿਧੀ ਸਾਰੇ ਯੋਗ ਵਿਅਕਤੀਆਂ ਨੂੰ ਸਮਾਨ ਅਵਸਰ ਪ੍ਰਦਾਨ ਕਰਦੀ ਹੈ, ਅਰਥਾਤ ਬਿਨਾਂ ਕਿਸੇ ਭੇਦਭਾਵ ਦੇ ਯੋਗਤਾ ਪੂਰੀ ਕਰਨ ਤੋਂ ਬਾਅਦ ਹਰ ਵਿਅਕਤੀ ਜਿਹੜਾ ਹੈਗਾ ਉਹਦੇ ਲਈ ਅਪਲਾਈ ਕਰ ਸਕਦਾ ਹੈ। ਇਹ ਵਿਧੀ ਯੁਵਕ ਖੂਨ ਨੂੰ ਸੇਵਾਵਾਂ ਚਾਉਣ ਲਈ ਪ੍ਰੇਰਿਤ ਕਰਦੀ, ਜਿਹੜਾ ਯੰਗ ਬਲੱਡ ਹੈ ਜਿਹਨਾਂ 'ਚ ਕੰਮ ਕਰਨ ਦੀ ਇੱਛਾ ਸ਼ਕਤੀ ਹੁੰਦੀ ਹੈ, ਨਵੀਆਂ ਚੀਜ਼ਾਂ ਸਿੱਖਣ ਦੀ ਸ਼ਕਤੀ ਹੁੰਦੀ ਹੈ, ਉਹਨਾਂ ਨੂੰ ਸੇਵਾ ਚਾਉਣ ਦੇ ਲਈ ਪ੍ਰੇਰਿਤ ਕਰਦੀ ਹੈ। ਜੇਕਰ ਭਰਤੀ ਦੀ ਇਹ ਵਿਧੀ ਨਾ ਹੋਵੇ ਤਾਂ ਨੌਕਰਸ਼ਾਹ ਨੂੰ ਉਸ ਉਮਰ 'ਤੇ ਤਰੱਕੀ ਦੇਣੀ ਲਾਭਦਾਇਕ ਸਿੱਧ ਨਹੀਂ ਹੋਵੇਗੀ ਜਿਸ ਉਮਰ 'ਤੇ ਪੁੱਜ ਕੇ ਉਹਨਾਂ ਅੰਦਰ ਪਹਿਲਕਦਮੀ ਕਰਨ ਜਾਂ ਤਰੱਕੀ ਕਰਨ ਦੀ ਭਾਵਨਾ ਖਤਮ ਹੋ ਜਾਂਦੀ ਹੈ। ਅਰਥਾਤ ਜਿਹੜੀਆਂ ਪੋਸਟ ਜਿਹੜੀਆਂ ਭਰਤੀ ਕੀਤੀ ਜਾਂਦੀ ਹੈ ਯੁਵਕਾਂ ਦੀ, ਉਹਦੇ ਵਿੱਚ ਜਿਹੜੇ ਯੁਵਕ ਆਉਂਦੇ ਨੇ ਨਵੇਂ ਉਹ ਪੂਰੀ ਮਿਹਨਤ ਨਾਲ ਕੰਮ ਕਰਦੇ ਨੇ। ਜੇਕਰ ਇਸ ਤਰੀਕੇ ਨਾਲ ਕੰਮ ਭਰਤੀ ਨਹੀਂ ਕੀਤੀ ਜਾਊਗੀ ਤਾਂ ਕਿਵੇਂ ਕੀਤੀ ਜਾਊਗੀ? ਅੰਦਰੋਂ ਭਰਤੀ ਪ੍ਰਮੋਸ਼ਨ ਰਾਹੀਂ, ਉਹਦੇ ਬਾਰੇ ਆਪਾਂ ਅੱਗੇ ਡਿਟੇਲ 'ਚ ਪੜ੍ਹਾਂਗੇ। ਫਿਰ ਕੀ ਹੋਊਗਾ? ਫਿਰ ਜਿਹੜੇ ਉਹ ਲੋਕ ਨੇ ਉਹ ਰਿਟਾਇਰਮੈਂਟ ਦੇ ਨੇੜੇ ਹੁੰਦੇ ਨੇ, ਇਸ ਲਈ ਉਹ ਪੂਰੀ ਜੀ ਜਾਨ ਲਾ ਕੇ ਜਾਂ ਪੂਰੀ ਮਿਹਨਤ ਦੇ ਨਾਲ ਜਾਂ ਪਹਿਲਕਦਮੀ ਦੇ ਨਾਲ ਕੰਮ ਨਹੀਂ ਕਰਦੇਗੇ। ਇਹ ਵਿਧੀ ਲੋਕ ਸੇਵਾਵਾਂ ਦੇ ਚਾਹਵਾਨਾਂ ਨੂੰ ਹਰ ਤਰ੍ਹਾਂ ਦੀਆਂ ਨਵੀਨਤਮ ਸੂਚਨਾਵਾਂ ਅਤੇ ਘਟਨਾਵਾਂ ਦੀ ਜਾਣਕਾਰੀ ਤੋਂ ਰਿਲੈਸ ਰਹਿਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਹ ਵਿਧੀ ਕੀ ਹੈ? ਜਿਹੜੇ ਲੋਕ UPSC ਦੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਨਵੀਆਂ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਨੂੰ ਸਿੱਖਦੇ ਰਹਿੰਦੇ ਆ, ਉਹ ਪੜ੍ਹਦੇ ਰਹਿੰਦੇ ਆ, ਗਿਆਨ ਹਾਸਲ ਕਰਦੇ ਰਹਿੰਦੇ ਆ। ਤਾਂ ਇਹ ਸੀ ਪ੍ਰਤੱਖ ਭਰਤੀ ਦੇ ਗੁਣ। ਤਾਂ ਹੁਣ ਅਸੀਂ ਕਰਾਂਗੇ ਅੰਦਰੋਂ ਭਰਤੀ ਜਾਂ ਤਰੱਕੀ ਦੁਆਰਾ ਭਰਤੀ। ਦੋ ਭਰਤੀਆਂ ਨੇ, ਦੋ ਤਰ੍ਹਾਂ ਦੀਆਂ ਵਿਧੀਆਂ ਨੇ, ਇੱਕ ਪ੍ਰਤੱਖ, ਇੱਕ ਜਿਹੜੀ ਅੰਦਰੋਂ। ਤਾਂ ਅੰਦਰੋਂ ਜਿਹੜੀ ਭਰਤੀ ਹੈ ਉਹ ਤਰੱਕੀ ਦੁਆਰਾ ਭਰਤੀ, ਜਿਹੜੇ ਪਹਿਲਾਂ ਤੋਂ ਹੀ ਕਿਸੇ ਸੇਵਾ ਦੇ ਵਿੱਚ ਨੇ ਉਸ ਨੂੰ ਤਰੱਕੀ ਦੇ ਕੇ ਉਸ ਤੋਂ ਉੱਪਰਲੀ ਪੋਸਟ ਦੇ ਉੱਤੇ ਨਿਯੁਕਤ ਕਰ ਦੇਣਾ, ਇਹ ਹੈ ਤਰੱਕੀ ਦੁਆਰਾ ਭਰਤੀ। ਅੰਦਰ ਤੋਂ ਭਰਤੀ ਤੋਂ ਭਾਵ ਹੈ ਨੌਕਰਸ਼ਾਹਾਂ ਲਈ ਨਿਸ਼ਚਿਤ ਉਮਰ 'ਤੇ ਪੁੱਜ ਕੇ ਉਹਨਾਂ ਨੂੰ ਤਰੱਕੀ ਪ੍ਰਾਪਤ ਹੋ ਜਾਵੇਗੀ, ਪਰ ਇਸ ਲਈ ਨਿਸ਼ਚਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੌਕਰਸ਼ਾਹਾਂ ਨੂੰ ਹੀ ਤਰੱਕੀ ਮਿਲੇਗੀ ਜਿਨ੍ਹਾਂ ਦੀਆਂ ਗੁਪਤ ਫਾਈਲਾਂ ਵਿੱਚ ਉਹਨਾਂ ਦੇ ਅਫਸਰਾਂ ਦੁਆਰਾ ਸ਼ਲਾਘਾ ਕੀਤੀ ਗਈ ਹੋਵੇ। ਜਿਹੜੇ ਨੌਕਰਸ਼ਾਹ ਆਪਣੀਆਂ ਸੇਵਾ ਦੌਰਾਨ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਸਕਾਰਾਤਮਕ ਰਿਪੋਰਟਾਂ ਨਹੀਂ ਪ੍ਰਾਪਤ ਕਰ ਸਕੇ ਉਹਨਾਂ ਨੂੰ ਇਹ ਤਰੱਕੀ ਨਹੀਂ ਮਿਲਣੀ ਚਾਹੀਦੀ। ਅਰਥਾਤ ਜਿਹੜੇ ਅਧਿਕਾਰੀ ਆਪਣੇ ਤੋਂ ਉੱਚ ਅਧਿਕਾਰੀਆਂ ਨੂੰ ਦੇ ਜਿਹੜੇ ਉੱਚ ਅਧਿਕਾਰੀ ਨੇ ਆਪਣੇ ਤੋਂ ਹੇਠਲੇ ਅਧਿਕਾਰੀਆਂ ਦੇ ਕੰਮਾਂ ਤੋਂ ਖੁਸ਼ ਨੇ ਔਰ ਉਹ ਉਹਨਾਂ ਦੀਆਂ ACR ਦੇ ਵਿੱਚ ਜਿਹੜੀਆਂ ਸਲਾਨਾ ਉਹਨਾਂ ਦੀਆਂ ਪਰਫੋਰਮੈਂਸ ਰਿਪੋਰਟ ਨੇ ਉਹਦੇ ਵਿੱਚ ਜੇ ਕੋਈ ਪੋਜ਼ਿਟਿਵ ਪੁਆਇੰਟ ਲਿਖਦੇ ਨੇ, ਉਹਨਾਂ ਦੀਆਂ ACR ਚੰਗੀਆਂ ਨੇ, ਉਹਨਾਂ ਨੂੰ ਹੀ ਤਰੱਕੀ ਜਿਹੜੀ ਹੈ ਮਿਲਣੀ ਚਾਹੀਦੀ ਹੈ। ਅਤੇ ਜਿਹੜੀ ਅੰਦਰੋਂ ਭਰਤੀ ਹੈ ਉਹ ਭਾਗ ਦੇ ਵਿੱਚੋਂ ਹੀ ਕੁਝ ਵਿਅਕਤੀਆਂ ਨੂੰ ਇੱਕ ਨਿਸ਼ਚਿਤ ਤਜਰਬਾ ਹੋਣ ਤੋਂ ਬਾਅਦ ਉਹਨਾਂ ਨੂੰ ਉੱਪਰਲੀ ਪੋਸਟ ਦੇ ਉੱਤੇ ਤਰੱਕੀ ਦਿੱਤੀ ਜਾਂਦੀ ਹੈ। ਤਾਂ ਅੰਦਰੋਂ ਭਰਤੀ ਜਾਂ ਤਰੱਕੀ ਦੁਆਰਾ ਭਰਤੀ ਦੇ ਗੁਣ। ਸੇਵਾਵਾਂ ਵਿੱਚ ਕੰਮ ਕਰ ਰਹੇ ਵਿਅਕਤੀ ਨੂੰ
उम्र के नाल नाल योग तरक्की देनी उन्होंने चंगे नौकरशाह बनने में उत्साह दिंदी है, क्योंकि जेकर व्यक्ति को यह हो कि मेरी तरक्की ही नहीं होनी तो जी है काम करने की इच्छा शक्ति घट जाएगी ज नवी चीज़ा सीखनिया वह बंद कर देगा। इसलिए जी तरक्की है वह उस व्यक्ति सोचता रहता कि मेरी तरक्की हो जाएगी तो होर मेहनत ना काम करता है, पहलकदमी ना काम करता, नवी चीज़ों सीखने की कोशिश करता है, अर्थात वो उत्साह बनाई रखती है नौ जी तरक्की है कि नौकरी के उत्साह ना काम करता रहे। ये विधि तजर्बेकार नौकरशाहों अपन सेवावान दौरान उच्चिया पदवियां प्राप्त करन दे योग बनाती है। की करती है ये विधि तजर्बेकार जो नौकरशाह ने उन्होंने अपन सेवावान दौरान उच्चिया पदवियां प्राप्त करने योग बनाती है, अर्थात वो मेहनत नाल या तजर्बे नाल जिहड़ी पोस्ट पर काम कर रहे उस तो उपरली पोस्ट के उत्ते जा सकन। तरक्की देन की विधि का दूजा नाम नौकरशाह दीआं सेवावां नूं मानता देनी है। ये मानता चंगे नौकरशाह नूं काम करन लई उत्साह दिंदी है, जिहड़ा चंगा काम करता है उसनूं जेकर तरक्की मिलेगी तो वह होर मेहनत दे नाल जां उत्साह दे नाल काम करेगा। ये विधि भारत के समुचे कामां नूं भर्ती के समुचे काम नूं संखेप कर दिंदी है, क्योंकि सारे व्यक्तियों नूं कुछ साल सेवा करन मगरों अते सकारात्मक रिपोर्टां प्राप्त करन मगरों तरक्की मिल जाती है। इहदे नाल भर्ती दी सौखी विधि है, इहदे विच कोई इश्तिहार नहीं देना पैंदा गा, कोई पूरे स्टेट पद्धर जां पूरे भारत दे लैवल दे उत्ते एग्जाम नहीं कंडक्ट करना पैंदा गा, बल्कि उस विभाग दे विच्चों ही कुछ व्यक्तियों नूं सीनियरता दे आधार दे उत्ते जां उहनां दीआं जिहड़ियां एसीआज़ ने उहदे विच सकारात्मक रिपोर्टां दे आधार दे उत्ते उहनां नूं तरक्की दे दित्ती जांदी आ। तां इह असीं पढ़िया अज दा पाठ नौकरशाही, नौकरशाही का शाब्दिक अर्थ, नौकरशाही का अर्थ, नौकरशाही दीआं विशेषतावां, नौकरशाही की जिहड़ी भर्ती है उहदे पक्ष, उहदे कुछ जरूरी तत्थ। तां उम्मीद है तुहानूं अज दा पाठ चंगी तरह समझ आ गया होएगा। फिर भी जेकर तुहानूं कोई कमी लगी तो तुसीं कमेंट बॉक्स के विच लिख सकते हो, अते नाल ही जेकर वीडियो तुहानूं चंगी लगती है तो लाइक अते शेयर जरूर करना है। धन्यवाद।